ਮੋਦੀ ਸਰਕਾਰ ਨੇ ਰੈਫਰੈਂਡਮ 2020 ਦਾ ਪ੍ਰਚਾਰ ਤੇ ਪ੍ਰਸਾਰ ਕਰ ਰਹੀ ਜਥੇਬੰਦੀ ਸਿੱਖ ਫੌਜ ਜਸਟਿਸ ਤੇ ਪਾਬੰਦੀ ਲਗਾ ਕੇ ਪੰਜਾਬ ਸਰਕਾਰ ਸਣੇ ਬਹੁਤ ਸਾਰੀਆਂ ਸਰਕਾਰੀ ਗੈਰ ਸਰਕਾਰੀ ਜਥੇਬੰਦੀਆਂ ਦੀ ਚੀਰਾਂ ਤੋਂ ਕੀਤੀ ਜਾ ਰਹੀ ਮੰਗ ਪੂਰੀ ਕੀਤੀ ਹੈ। ਨਾਲ ਹੀ ਸਿੱਖ ਕੌਮ ਵੱਲੋਂ ਲੰਬੇ ਸਮੇਂ ਤੋਂ ਕਾਲੀ ਸੂਚੀ ਨੂੰ ਖਤਮ ਕਰਨ ਦੀ ਕੀਤੀ ਜਾ ਰਹੀ ਮੰਗ ਨੂੰ ਕੁਝ ਪੂਰ ਪਿਆ। ਇਸ ਦੇ ਨਾਲ ਹੀ ਚੀਰਾਂ ਤੋਂ ਦੇਸ਼ ਆਉਣ ਨੂੰ ਤਰਸ ਰਹੇ ਕਈ ਸਿੱਖਾਂ ਨੂੰ ਰਾਹਤ ਮਿਲੇਗੀ। ਇਸ ਸੰਬੰਧੀ ਗੱਲਬਾਤ ਕਰਦੇ ਹੋਏ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਸਿੱਖ ਫੌਜ ਜਸਟਿਸ ਤੇ ਲੱਗੀ ਪਾਬੰਦੀ ਤੇ ਗੋਲਮੋਲ ਜਵਾਬ ਦਿੰਦੇ ਹੋਏ ਕਿਹਾ, ਸਾਡਾ ਤਾਂ ਕੰਮ ਸਿਰਫ ਰਾਜਨੀਤਿਕ ਵਾਲਾ ਹੈ, ਸਾਡੀ ਧਿਆਨ ਰਾਜਨੀਤਿਕ ਧਰਮ ਵਾਲੇ ਪਾਸੇ, ਸ੍ਰੀ ਗੁਰੂ ਨਾਨਕ ਦੇਵ ਸਾਹਿਬ ਦੇ 550 ਸਾਲਾਂ ਮਨਾਉਣ ਵਾਸਤੇ ਅਸੀਂ ਲੱਗੇ ਹੋਏ ਹਾਂ। ਸੋ ਮੈਂ ਸਮਝਦਾ ਕਿ ਬਹੁਤ ਵੱਡੇ ਲੰਮੇ ਸਮੇਂ ਤੋਂ ਇੱਕ ਮੰਗ ਆ ਰਹੀ ਸੀ ਸਾਰੇ ਸਿੱਖ ਕੌਮ ਦੀ ਕਿ ਜਿਹੜੀ ਸਿੱਖਾਂ ਦੀ ਕਾਲੀ ਸੂਚੀ ਹੈ ਉਹ ਖਤਮ ਕੀਤੀ ਜਾਵੇ। ਇਹ ਬੜੇ ਲੰਮੇ ਸਮੇਂ ਤੋਂ ਬਾਹਰ ਬੈਠੇ ਜਿਹੜੇ ਸਿੱਖ ਸੀ ਵਿਚਾਰੇ, ਉਹ ਆਉਣਾ ਵੀ ਚਾਹੁੰਦੇ ਸੀ, ਕਿਉਂਕਿ ਸਿੱਖਾਂ ਦਾ ਮੱਕਾ ਹੈ ਜਿਹਨੂੰ ਆਪਾਂ ਸ੍ਰੀ ਹਰਿਮੰਦਰ ਸਾਹਿਬ ਕਹਿ ਦਿੰਦੇ ਹਾਂ, ਕਿਹਾ ਜਾਂਦਾ ਹਰ ਸਿੱਖ ਦਾ ਇਹ ਹੁੰਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸੀ ਆ ਕੇ ਨਤਮਸਤਕ ਹੋਈਏ। ਸੋ ਮੈਂ ਸਮਝਦਾ ਕਿ ਸਰਕਾਰ ਨੇ ਇਸ ਪਾਸੇ ਉਪਰਾਲਾ ਕੀਤਾ ਗਾ ਕਿ ਸਿੱਖਾਂ ਦੀ ਜਿਹੜੀ ਕਾਲੀ ਸੂਚੀ ਆ ਉਹ ਖਤਮ ਕੀਤੀ ਹੈ, ਅਤੇ ਉਹਦੇ ਵਾਸਤੇ ਅੱਗੇ ਵੀ ਅਸੀਂ ਹਮੇਸ਼ਾ ਯਤਨ ਜਾਰੀ ਰੱਖਾਂਗੇ। ਜੇ ਕੋਈ ਰਹਿ ਗਿਆ ਉਹ ਵੀ ਪ੍ਰਧਾਨ ਮੰਤਰੀ ਨੂੰ ਮਿਲ ਕੇ ਅਸੀਂ ਕੋਸ਼ਿਸ਼ ਕਰਾਂਗੇ ਕਾਲੀ ਸੂਚੀ ਬਿਲਕੁਲ ਖਤਮ ਕੀਤੀ ਜਾਵੇ। ਇਸ ਸਮੇਂ ਆਪਣੇ ਆਪਣੇ ਸਕੂਲਾਂ ਤੋਂ ਕਿਤਾਬਾਂ ਪ੍ਰਾਪਤ ਕਰਨ ਪਹੁੰਚੀਆਂ ਅਧਿਆਪਕਾਵਾਂ ਨੇ ਪ੍ਰਬੰਧਕਾਂ ਦਾ ਧੰਨਵਾਦ ਕਰਦੇ ਹੋਏ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਹੈ। ਔਰ ਅੱਜ ਸਾਨੂੰ ਬੁੱਕਸ ਮਿਲੀਆਂ ਨੇ ਔਰ ਸੁਖਵਿੰਦਰ ਸਿੰਘ ਫੁੱਲ ਜੀ ਹੋਣਾਂ ਵੱਲੋਂ ਇਹ ਪੇਂਟ ਕੀਤੀਆਂ ਗਈਆਂ ਔਰ ਬਾਕੀ ਜਿਹੜੇ ਪਤਵੰਤੇ ਸੱਜਣ ਨੇ ਉਹਨਾਂ ਵੱਲੋਂ ਬਹੁਤ ਸਹਿਯੋਗ ਦਿੱਤਾ ਗਿਆ। ਔਰ ਜਿਵੇਂ ਕਿ ਬੁੱਕਸ ਬੱਚਿਆਂ ਦੇ ਸਭ ਤੋਂ ਸੱਚੇ ਮਿੱਤਰ ਹੁੰਦੇ ਨੇ ਔਰ ਮੈਂ ਸੋਚਦੀ ਹਾਂ ਕਿ ਬੁੱਕਸ ਪੜ੍ਹਨਗੇ ਬੱਚੇ ਚੰਗੀ ਸੇਧ ਲੈਣਗੇ ਔਰ ਉਹਨਾਂ ਦੇ ਭਵਿੱਖ ਦੇ ਲਈ ਬਹੁਤ ਵਧੀਆ ਰਹਿਣਗੇ। ਅੱਜ ਸੁਖਵਿੰਦਰ ਸਿੰਘ ਫੁੱਲ ਜੀ ਵੱਲੋਂ ਸਾਨੂੰ ਕਿਤਾਬਾਂ ਵੰਡੀਆਂ ਗਈਆਂ ਨੇ ਤਾਂ ਅਸੀਂ ਉਹਨਾਂ ਸਭ ਦਾ ਬਹੁਤ ਧੰਨਵਾਦ ਕਰਦੇ ਹਾਂ ਅਤੇ ਮੇਰੇ ਵੱਲੋਂ ਪੂਰੀ ਕੋਸ਼ਿਸ਼ ਰਹੇਗੀ ਕਿ ਬੱਚਿਆਂ ਨੂੰ ਵੱਧ ਤੋਂ ਵੱਧ ਬੁੱਕਸ ਲਈ ਪ੍ਰੇਰਿਤ ਕਰਾਂ ਅਤੇ ਇਹਨਾਂ ਬੁੱਕਸ ਦਾ ਵੱਧ ਤੋਂ ਵੱਧ ਯੂਜ਼ ਕੀਤਾ ਜਾਵੇ। ਬਿਊਰੋ ਰਿਪੋਰਟ, ਵਿਜ਼ਨ ਪੰਜਾਬ ਟੀਵੀ। ਦੁਨੀਆ ਭਰ ਦੀ ਤਾਜ਼ਾ ਤਰੀਨ ਖਬਰਾਂ ਅਤੇ ਮਨੋਰੰਜਨ ਭਰਪੂਰ ਪ੍ਰੋਗਰਾਮ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ ਤੇ ਦਬਾਓ ਬੈਲ ਬਟਨ ਐਂਡ ਆਲਸੋ ਲਾਈਕ ਆਵਰ ਫੇਸਬੁੱਕ ਪੇਜ।